ਹਾਂਜੀ ਸਰ, ਸਰ ਕੀ ਮਾਮਲਾ ਜੀ ਇਹ? ਇਹ ਸਾਡੇ ਸਦਰ ਥਾਣੇ ਏਰੀਏ ਪਿੰਡ ਚਾਲੀ ਪੈਂਦਾ ਹੈ। ਉੱਥੇ ਦੋ ਪ੍ਰਵਾਸੀ ਮਜ਼ਦੂਰ ਅਲੱਗ ਅਲੱਗ ਕਿਸਾਨਾਂ ਦੇ ਕੰਮ ਕਰਦੇ ਸੀਗੇ, ਜਿਹੜੇ ਰਾਤੀ ਸ਼ਰਾਬ ਦੇ ਨਸ਼ੇ ਦੇ ਵਿੱਚ ਆਪਸ ਵਿੱਚ ਝਗੜ ਪਏ, ਗਾਲੀ ਗਲੋਚ ਹੋਇਆ ਆਪਸ ਦੇ ਵਿੱਚ। ਕਈ 11:30 ਦੇ ਕਰੀਬ ਇਹਨਾਂ ਦੀ ਲੜਾਈ ਹੋ ਗਈ। ਲੜਾਈ ਦੌਰਾਨ ਜਿਹੜਾ ਹੈਗਾ ਮੁਹੰਮਦ ਅਜੀਜ਼ ਕਿਰੀਆ ਜੀਤੂ, ਜੋ ਅਭਿਆਸ ਖੇਡਦਾ ਰਹਿਣ ਵਾਲਾ, ਇਹਦੇ ਸਿਰ ਦੇ ਵਿੱਚ ਰਾਫਲ ਕਟੇਰੀਆ ਨਾਮ ਦਾ ਭਈਆ ਉੱਥੇ ਹੀ ਕਾਲੀ ਪਿੰਡੀ ਦੂਜੇ ਕਿਸਾਨ ਦੇ ਕੰਮ ਕਰਦਾ ਸੀਗਾ। ਉਹਨੇ ਇਹਦੇ ਸਿਰ ਦੇ ਵਿੱਚ ਜਿਹੜਾ ਗੋਹਾ ਢਾਉਣ ਵਾਲਾ ਹੁੰਦਾ ਹੱਥੀਆ ਜਿਹਾ, ਉਹਦੇ ਨਾਲ ਇਹਦੇ ਸਿਰ ਦੇ ਵਿੱਚ ਮਾਰ ਕੇ ਅਤੇ ਇਹਦਾ ਜਿਹੜਾ ਕਰਾਤੀ ਕਤਲ ਕਰਤਾ। ਅਤੇ ਇਹ ਜਿਹੜਾ ਅਸੀਂ ਇਹਦੀ ਤਫਤੀਸ਼ ਕਰ ਰਹੇ ਹਾਂ, ਤਫਤੀਸ਼ ਕਰਕੇ ਇਹ ਦੋਸ਼ੀ ਨੂੰ ਕਾਬੂ ਕਰਕੇ ਇਹਦੀ ਅੱਗੇ ਕਾਰਵਾਈ ਜਿਹੜੀ ਆ ਮੰਤਰੀ ਹੁੰਦੀ ਹੈ। ਸਰ ਕਾਰਨ ਕੀ ਲੱਗਦਾ ਕਿ ਇਹ ਕਤਲ ਦਾ? ਕਾਰਨ ਇਹ ਐਕਚੁਲੀ ਇਕੱਠੇ ਪਹਿਲੇ ਵੀ ਦਾਰੂ ਨੂੰ ਪੀ ਕੇ ਲੜਦੇ ਰਹਿੰਦੇ ਸੀਗੇ, ਲੇਕਿਨ ਰਾਤੀ ਇਹਨਾਂ ਦੀ ਜਿਹੜੀ ਨਸ਼ੇ ਦੀ ਹਾਲਤ ਦੇ ਵਿੱਚ ਲੜਾਈ ਜਿਹੜੀ ਕੀਤੀ ਹੈ, ਹਾਥੀ ਟੁੱਟ ਗਈ, ਇਹ ਇੱਕ ਦੂਜੇ ਨੂੰ ਮਾਰਨ ਤੱਕ ਉੱਤਰ ਆਏ। ਇਸ ਤਰ੍ਹਾਂ ਦਾ ਕਤਲ। ਅਤੇ ਸਰ ਜਿਹਦੀ ਡੈਥ ਹੋਈ ਹੈਗੀ ਆ, ਜਿਹਦਾ ਕਤਲ ਹੋਇਆ ਵਾ, ਉਹਦੀ ਉਮਰ ਕਿੰਨੀ ਕੁ ਹੈਗੀ ਆ? ਕਰੀਬ ਇਹਨਾਂ ਦੀ ਉਮਰ ਦੋਵਾਂ ਦੀ 45 ਸਾਲ ਦੀ ਕਰੀਬ ਆ। ਦੋਵੇਂ ਇੱਕੋ ਇੱਕੋ ਉਮਰ ਦੀ ਹੈਗੀ ਹੈ? ਹਾਂ, ਕਰੀਬ ਇੱਕ ਹੀ ਉਮਰ। ਅਤੇ ਸਰ ਜਿਹੜਾ ਹਥਿਆਰ ਜਿਹਦੇ ਨਾਲ ਕਤਲ ਹੋਇਆ ਉਹ ਤੁਸੀਂ ਕਾਬੂ ਕਰ ਲਿਆ? ਉਹ ਦੋਸ਼ੀ ਨੂੰ ਜਦੋਂ ਗ੍ਰਿਫਤਾਰ ਕੀਤਾ ਤਾਂ ਦੋਸ਼ੀ ਦੀ ਨਿਸ਼ਾਨਦੇਹੀ ਦੇ ਬਰਾਮਦ ਕਰਾਂਗੇ। ਠੀਕ ਹੈ ਸਰ, ਅਤੇ ਦੋਸ਼ੀ ਭੱਜ ਗਿਆ ਸਰ? ਦੋਸ਼ੀ ਫਿਲਹਾਲ ਛੁਪਿਆ ਹੋਇਆ, ਛਾਪਾਮਾਰੀ ਚੱਲ ਰਹੀ ਹੈ, ਕੋਈ ਵਧੀਆ ਖਬਰ ਦੇਵਾਂਗੇ ਸ਼ਾਮ ਤੱਕ।